ਇਹਨੂੰ ਕਹਿੰਦੇ ਨੇ ਰੰਗ ਦੇ ਵਿੱਚ ਭੰਗ ਪੈਣਾ। ਚੱਲਦੇ ਵਿਆਹ ਦੇ ਵਿੱਚ ਅਜਿਹਾ ਝੱਖੜ ਝੁੱਲਿਆ ਕਿ ਸਭ ਕੁਝ ਰੋਲ ਕੇ ਰੱਖ ਦਿੱਤਾ। ਵਿਆਹ ਦੇ ਵਿੱਚ ਤੂਫਾਨ ਆਇਆ, ਟੈਂਟ ਉਖਾੜ ਕੇ ਲੈ ਗਿਆ। ਇੱਥੋਂ ਤੱਕ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਮਿੱਟੀ ਘੱਟਾ ਪੈ ਗਿਆ ਔਰ ਰਿਸ਼ਤੇਦਾਰ ਆਪਣੇ ਆਪ ਦਾ ਬਚਾਅ ਕਰਦੇ ਹੋਏ ਭੱਜਦੇ ਨਜ਼ਰ ਆ ਰਹੇ ਨੇ। ਗਿੱਦੜਬਾਹਾ ਦੇ ਵਿੱਚ ਬੀਤੀ ਰਾਤ ਇੱਕ ਵਿਆਹ ਸੀ। ਤੇਜ਼ ਹਨੇਰੀ ਦੇ ਚੱਲਦਿਆਂ ਟੈਂਟ ਵੀ ਖੁੱਲ੍ਹ ਗਿਆ ਔਰ ਸਮਾਨ ਆ ਜਿਹੜਾ ਉਹ ਵੀ ਖਰਾਬ ਹੋ ਗਿਆ, ਕਿਉਂਕਿ ਇੰਨਾ ਜ਼ਿਆਦਾ ਮਿੱਟੀ ਘੱਟਾ ਸੀ ਕਿ ਸਾਰਾ ਉੱਡ ਕੇ ਖਾਣ ਪੀਣ ਵਾਲੀਆਂ ਚੀਜ਼ਾਂ 'ਤੇ ਪੈ ਗਿਆ। ਬਹੁਤਾ ਸਮਾਨ ਇੱਥੇ ਖਰਾਬ ਹੋਇਆ। ਟੇਬਲਾਂ 'ਤੇ ਖਾਣ ਪੀਣ ਦਾ ਸਮਾਨ ਛੱਡ ਕੇ ਰਿਸ਼ਤੇਦਾਰ ਆਪੋ ਆਪਣਾ ਬਚਾਅ ਕਰਦੇ ਨਜ਼ਰ ਆਏ ਨੇ। ਅਚਾਨਕ ਬਦਲੇ ਮੌਸਮ ਨੇ ਕਿਸ ਕਦਰ ਕਹਿਰ ਭਰਪਾਇਆ, ਵਿਆਹ ਸਮਾਗਮ ਨੂੰ ਖਰਾਬ ਕੀਤਾ, ਇਹ ਤਸਵੀਰਾਂ ਨੂੰ ਦੇਖ ਕੇ ਪਤਾ ਲੱਗ ਰਿਹਾ ਕਿ ਚੰਗਾ ਅਰੇਂਜਮੈਂਟ ਆ ਜਿਹੜਾ ਉਹ ਕੀਤਾ ਹੋਇਆ ਸੀ। ਸ਼ਾਨਦਾਰ ਵਿਆਹ ਚੱਲ ਰਿਹਾ ਸੀ ਤਾਂ ਅਚਾਨਕ ਤੇਜ਼ ਹਨੇਰੀ ਆਈ, ਮੌਸਮ ਬਦਲਿਆ, ਝੱਖੜ ਝੁੱਲਿਆ, ਟੈਂਟ ਪੱਟ ਸੁੱਟੇ, ਇਸ ਤੋਂ ਇਲਾਵਾ ਖਾਣ ਪੀਣ ਵਾਲੀਆਂ ਚੀਜ਼ਾਂ 'ਤੇ ਮਿੱਟੀ ਘੱਟਾ ਜੰਮ ਗਿਆ। ਤਾਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਫੜਾ ਦਫੜੀ ਪੈਦਾ ਹੋਈ ਹੈ। ਚੱਲਦੇ ਵਿਆਹ ਦੇ ਵਿੱਚ ਰੰਗ 'ਚ ਭੰਗ ਪੈ ਗਿਆ। ਕਿਹੜੇ 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 ਕਿਹੜੇ